ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ, ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਜਿਹੜਾ ਆਪਣੇ ਘਰੋਂ ਨਿਕਲਦਾ ਨਹੀਂ। ਪੰਜਾਬ ਵਿੱਚ ਨਸ਼ਾ ਘਰ ਘਰ ਫੈਲਾ ਦਿੱਤਾ। ਮੈਂ ਪੁਲਿਸ ਵਾਲੇ ਅਫਸਰ ਨੂੰ ਪੁੱਛਿਆ ਸੀ, ਉਹ ਕਹਿੰਦੇ ਕਿ ਇਹਦੇ ਜੂਮਰ ਆਮ ਆਦਮੀ ਪਾਰਟੀ ਦੇ ਐਮਐਲਏ ਹੈ, ਕਿਉਂਕਿ ਸਾਨੂੰ ਨਸ਼ੇ ਵੇਚਣ ਵਾਲਿਆਂ ਨੂੰ ਪੜ੍ਹ ਨਹੀਂ ਦਿੰਦੇ। ਹਾਂ, ਐਮਐਲਏ 15-15 ਲੱਖ ਮਹੀਨੇ ਦਾ ਮੈਂ ਲਾਗੇ ਨਸ਼ੇ ਵੇਚਣ ਵਾਲਿਆਂ ਤੋਂ ਆਪਣੇ ਹਲਕੇ 'ਚ। ਆਹ 3 ਸਾਲਾਂ 'ਚ ਤੁਸੀਂ ਦੇਖਿਆ ਹੋਣਾ, ਰੋਜ਼ ਅਖਬਾਰ ਪੜ੍ਹਦੇ ਹੋਣੇ ਆ, ਕਿਤੇ ਡਕੈਤੀ ਹੋ ਜਾਂਦੀ ਹੈ, ਕੋਈ ਜੇਲ੍ਹ ਲੁੱਟੀ ਜਾਂਦੀ ਹੈ, ਗੈਂਗਸਟਰ ਰਾਜ ਕਰ ਰਹੇ ਆ, ਬੈਂਕ ਲੁੱਟੇ ਗਏ। ਕਿਤੇ ਤੁਸੀਂ ਪਿਛਲੇ 3 ਸਾਲਾਂ ਸਰਕਾਰ ਨਹੀਂ ਦੇਖੀ ਤੁਹਾਡੇ ਪਿੰਡਾਂ 'ਚ ਆਈ? ਯਾਦ ਕਰੋ ਅਕਾਲੀ ਦਲ ਦੀ ਸਰਕਾਰਾਂ ਨੂੰ, ਜਦੋਂ ਤੁਹਾਡੇ ਪਿੰਡਾਂ ਵਿੱਚ ਸੰਗਤ ਦਰਸ਼ਨ ਹੁੰਦੇ ਸੀ, ਮੈਂ ਆਉਂਦਾ ਸੀ, ਵੱਡੇ ਬਾਦਲ ਸਾਹਿਬ ਆਉਂਦੇ ਸੀ, ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਕਰਦੇ ਸੀ। ਤੁਹਾਡੀ ਸਰਕਾਰ ਸੀ, ਲੋਕਾਂ ਦੀ ਸਰਕਾਰ ਸੀ, ਗਰੀਬ ਕਿਸਾਨ ਮਜ਼ਦੂਰ ਦੀ ਸਰਕਾਰ ਸੀ। ਹੁਣ ਸਾਰੇ ਬੈਠੇ ਹੋ ਆਪਾਂ, ਹੁਣ ਸੱਚ ਕਰਕੇ ਦੱਸਿਓ ਸਾਰੇ ਬਾਦਲ ਸਾਹਿਬ ਜੀ ਨੇ ਛਕਣ ਸ਼ੁਰੂ ਕੀਤਾ।